गुरमुख पर उपकारी विरलाए, गुरमुख पर उपकारी विरलाए, गुरमुख पर ये प्रकरण महाराज ने शुरू कराया है। सिख पंथ दे सत्कारत गुरमुख प्यारे, आज नौवें भाग की बारी है। आज नौवें भाग विच गुरु साहब दर्शन कराउण बाबा भाई शालो जी दे गज के आखो सतनाम।
ਰੰਗੀ ਰੂਹ ਜਿਨ੍ਹਾਂ ਦਾ ਅਸਥਾਨ ਗੁਰੂ ਦੀ ਨਗਰੀ ਉਸ ਅਸਥਾਨ ਦਾ ਨਾਂ ਤੋਬਾ ਭਾਈ ਛਲ ਉਹ ਬਾਬਾ ਭਾਈ ਸ਼ਾਲੋ ਜੀ ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਚਰਨਾਂ ਵਿੱਚੋਂ ਖੁਸ਼ੀਆਂ ਲੁੱਟੀਆਂ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚੋਂ ਖੁਸ਼ੀਆਂ ਲੁੱਟੀਆਂ ਇੱਕ ਬੰਦਾ ਖੁਸ਼ੀ ਲੁੱਟਦਾ ਆਪਣੇ ਲਈ ਇੱਕ ਇੰਨਾ ਕੁ ਗੁਰੂ ਨੂੰ ਰਿਝਾ ਲੈਂਦਾ ਕਿ ਜਗਤ ਲਈ ਖੁਸ਼ੀਆਂ ਲੁੱਟ ਲੈਂਦਾ ਇੱਕ ਖੁਸ਼ੀ ਲੁੱਟਣੀ ਹੁੰਦੀ ਹੈ ਆ ਲੈ ਫਲਾਣੀ ਚੀਜ਼ ਆ ਖੁਸ਼ੀ ਦਿੱਤੀ ਤੈਨੂੰ ਆ ਲੈ ਫਲਾਣੀ ਚੀਜ਼ ਆ ਦਿੱਤਾ ਤੈਨੂੰ ਇੱਕ ਗੁਰੂ ਨੂੰ ਇੰਨਾ ਰਿਝਾ ਕੇ ਖੁਸ਼ੀ ਲੁੱਟ ਲੈਂਦੇ ਹੈ ਕਿ ਗੁਰੂ ਚਾਬੀਆਂ ਹੀ ਦੇ ਦਿੰਦਾ ਲੈ ਬਈ ਲੈ ਚਾਬੀਆਂ ਲੈ ਲੈ ਦੁਨੀਆਂ ਨੂੰ ਖੁਸ਼ੀਆਂ ਅਗੋਂ ਵੰਡੀ ਜਾ ਇਹ ਬਾਬਾ ਭਾਈ ਸ਼ਾਲੋ ਜੀ ਉਹ ਹੋਏ ਨੇ ਜਿਨ੍ਹਾਂ ਨੂੰ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਬੀਆਂ ਹੀ ਦੇ ਦਿੱਤੀਆਂ ਸੰਤਨ ਰੱਥ ਰਾਖੀ ਪੂੰਜੀ ਪੂੰਜੀ ਸੰਤਨ ਰੱਥ ਰਾਖੀ ਪੂੰਜੀ ਸੰਤਨ ਰੱਥ ਰਾਖੀ ਹੱਥ ਰਾਖੀ ਪੂੰਜੀ ਹਾਂਜੀ ਸੰਤਨ ਅਨਹਦ ਪਾਣੀ ਪੂੰਜੀ ਅਨਹਦ ਪਾਣੀ ਪੂੰਜੀ ਅਨਹਦ ਪਾਣੀ ਪੂੰਜੀ ਅਨਹਦ ਪਾਣੀ ਪੂੰਜੀ ਅਨਹਦ ਪਰਿਵਾਰ ਲਈ ਲੁੱਟਦਾ ਇੱਕ ਕੁੱਲ ਲਈ ਲੁੱਟਦਾ ਉਹ ਸਿੱਖ ਜਿਨ੍ਹਾਂ ਦਾ ਅੱਜ ਜ਼ਿਕਰ ਸੁਣਨਾ ਓਏ ਕਿੰਨਾ ਗੁਰੂ ਨੂੰ ਰਿਝਾਇਆ ਹੋਏਗਾ ਜਿਹਨੇ ਗੁਰੂ ਕੋਲੋਂ ਜਗਤ ਲਈ ਖੁਸ਼ੀਆਂ ਲੁੱਟ
ਉਹ ਬਾਬਾ ਭਾਈ ਸ਼ਾਲੋ ਜੀ ਜ਼ਿਲ੍ਹਾ ਫਰੀਦਕੋਟ ਜਿੱਥੇ ਉਹਨਾਂ ਦਾ ਜਨਮ ਆਗਮਨ ਪਿੰਡ ਧੋਲਾ ਕਾਂਗੜ ਪਿਤਾ ਦਾ ਨਾਮ ਭਾਈ ਦਿਆਲਾ ਜੀ ਮਾਤਾ ਦਾ ਨਾਮ ਸੁਖਦੇਈ ਜੀ ਜਦੋਂ ਬੱਚਾ ਚਾਰ ਪੰਜ ਸਾਲ ਦਾ ਹੋ ਜਾਂਦਾ ਨਾ ਤੇ ਮੇਰਾ ਦਾਸ ਦਾ ਮਨ ਹੁੰਦਾ ਵੀ ਉਹ ਤਾਂ ਇਹ ਨਹੀਂ ਹੁੰਦਾ ਵੀ ਪਿੰਡ ਕਿਹੜਾ ਜਾਂ ਜਿਹੜਾ ਬਾਬਾ ਜੀ ਮਜੀਠੇ ਆਏ ਨੇ ਉਹ ਬਾਅਦ 'ਚ ਆਏ ਉਹ ਹੁਣ ਜੇਕਰ ਅੱਗੇ ਆਏ ਮੇਨ ਹੁੰਦਾ ਵੀ ਇਹ ਜਿਹੜਾ ਪ੍ਰਕਰਣ ਚੱਲ ਰਿਹਾ ਸਿੱਖ ਪੰਥ ਦੇ ਸਤਕਾਰਤ ਗੁਰਮੁਖ ਪਿਆਰੇ ਉਹਦੇ 'ਚੋਂ ਆਪਾਂ ਹੋਰ ਦੂਜਾ ਉਹਨਾਂ ਦਾ ਨੇਮ ਕਿਵੇਂ ਸੀ ਉਹਨਾਂ ਦਾ ਨਿੱਤ ਦੇ 24 ਘੰਟੇ ਦੀ ਰੂਟੀਨ ਕਿਵੇਂ ਸੀ ਅਵਸਥਾ ਕੈਸੀ ਸੀ ਉਹਦੇ 'ਚੋਂ ਕੋਈ ਕਣੀ ਲੱਗ ਜੇ ਬਸ ਜਦੋਂ ਬੱਚਾ ਚਾਰ ਪੰਜ ਸਾਲ ਦੇ ਕਰੀਬ ਹੁੰਦਾ ਸੱਤ ਚੀਜ਼ਾਂ ਲਿਖੀਆਂ ਇਤਿਹਾਸਕਾਰਾਂ ਨੇ ਸੱਤ ਚੀਜ਼ਾਂ ਜੇ ਤੇ ਇੱਕ ਕੰਨੋਂ ਸੁਣੋਗੇ ਇੱਧਰੋਂ ਸੁਣਿਆ ਇੱਧਰ ਕੱਢਤਾ ਫਿਰ ਗੱਲ ਹੋਰ ਹੈ ਥੋੜ੍ਹਾ ਜਿਹਾ ਰਸ ਨਾ ਸੁਣੋਗੇ ਤੇ ਇੰਜ ਕਰੇਗਾ ਤੁਹਾਡਾ ਮਨ ਮੇਰੀ ਵਾਰੀ ਕਦੋਂ ਆਏ ਬਾਬਾ ਜੀ ਮੈਨੂੰ ਵੀ ਉਹ ਬਖਸ਼ਿਸ਼ ਚਾਰ ਪੰਜ ਸਾਲ ਦੀ ਉਮਰ ਵਿੱਚ ਇਤਿਹਾਸਕਾਰਾਂ ਨੇ ਸੱਤ ਚੀਜ਼ਾਂ ਲਿਖੀਆਂ ਕਿ ਬਾਬਾ ਭਾਈ ਸ਼ਾਲੋ ਜੀ ਦੀ ਉਮਰ ਚਾਰ ਪੰਜ ਸਾਲ ਦੀ ਹੋਈ ਹੈ ਤੇ ਪਹਿਲੀ ਚੀਜ਼ ਲਿਖੀ ਹੈ ਕਿ ਚਿਹਰੇ ਤੇ ਨੂਰ ਹੈ ਨੂਰ ਗੱਜ ਕੇ ਆਖੋ ਸਾਹਿਬ ਰੰਗੀ ਨੂਰ ਰੰਗਿਆ ਨੂਰ ਰੱਬੀ ਨੂਰ ਦੂਸਰਾ ਲਿਖਿਆ ਇਤਿਹਾਸਕਾਰਾਂ ਨੇ ਅਗੰਮੀ ਖੇੜਾ ਜਿਵੇਂ ਕੋਈ ਟੈਂਕੀ ਪਾਣੀ ਦੀ ਹੋਵੇ ਉਹਦਾ ਕਨੈਕਸ਼ਨ ਫਿਰ ਵੱਡੀ ਟੈਂਕੀ ਨਾਲ ਹੋਵੇ ਉਹ ਗੱਲ ਹੋਰ ਹੈ ਖਾਲੀ ਹੋਵੇ ਗੱਲ ਹੋਰ ਹੈ ਅਗੰਮੀ ਖੇੜਾ ਕੀ ਹੈ ਆ ਸਰੀਰ ਰੂਪੀ ਟੈਂਕੀ ਦਾ ਕਨੈਕਸ਼ਨ ਜਿਹੜਾ ਉਹ ਅਗੰਮ ਨਾਲ ਜੁੜਿਆ ਹੋਇਆ ਉੱਥੋਂ ਫਿਰ ਖੇੜਾ ਆਈ ਜਾਂਦਾ ਆਖੋ ਸਤਨਾਮ ਉੱਥੋਂ ਕਰੰਟ ਆਈ ਜਾਂਦਾ ਉਹ ਅਗੰਮੀ ਖੇੜਾ ਅਗੰਮੀ ਬਾਤ ਤੁਹਾਡੇ ਅੰਮ੍ਰਿਤਸਰ ਦੇ ਭਾਈ ਵੀਰ ਸਿੰਘ ਮੇਰੇ ਖਿਆਲ 'ਚ ਨਾਂ ਆਇਆ ਜਸਵੰਤ ਸਿੰਘ ਨੇਕੀ ਉਹਨਾਂ ਨੂੰ ਮਿਲਣ ਜਾ ਰਿਹਾ ਇੱਕ ਬੱਚੀ ਮਿਲ ਪਈ ਪਹਿਲੇ ਥੋੜ੍ਹੀ ਜਿਹੀ ਉਰੇ ਉਹ ਕਹਿੰਦੇ ਭਾਈ ਵੀਰ ਸਿੰਘ ਅੱਜ ਤਾਂ ਭਾਈ ਵੀਰ ਸਿੰਘ ਹਾਲ ਹੈ ਇਹਦੇ ਮਗਰ ਜਿਹੜੇ ਕੁਟੀਆ ਜਿਹੜੇ ਥੋੜ੍ਹੇ ਉਹ ਅੱਗੋਂ ਬੱਚੀ ਕਹਿੰਦੀ ਜਲਦੀ ਜਾਓ ਅੱਜ ਭਾਈ ਸਾਹਿਬ ਮੂਡ 'ਚ ਹੈਗੇ ਅੱਜ ਗੰਮੀ ਮੂਡ 'ਚ ਹੈਗੇ ਅੱਜ ਬੜੇ ਰੰਗ 'ਚ ਹੈਗੇ ਉਹ ਬੱਚੀ ਕਹਿੰਦੀ ਉਹਨਾਂ ਨਾਲ ਇੱਕ ਦੋ ਸਰੀਰ ਅਤੇ ਭਾਈ ਵੀਰ ਸਿੰਘ ਬੂਟਿਆਂ 'ਚ ਫਿਰਦੇ ਤੇ ਬੂਟਿਆਂ 'ਚ ਹੁਣ ਵੀ ਬਹੁਤ ਜਿਹੜਾ ਹਰਿਮੰਦਰ ਸਾਹਿਬ ਗੁਰਦਸਤਾ ਗੁਰੂ ਗ੍ਰੰਥ ਸਾਹਿਬ ਅੱਗੇ ਉੱਥੋਂ ਹੀ ਜਾਂਦਾ ਰੋਜ਼ ਅੱਜ ਤੱਕ ਜਾ ਰਿਹਾ ਫੁੱਲਾਂ ਦੇ ਸ਼ੁਕੀਨ ਬਨਸਪਤੀ ਦੇ ਹਰਿਆਵਲ ਦੇ ਉਹ ਫੁੱਲਾਂ ਦੇ ਵਿੱਚ ਵਿਚਰਦੇ ਪਏ ਉਹ ਜਿਹੜੇ ਫਿਰ ਜਸਵੰਤ ਸਿੰਘ ਨੇਕੀ ਆ ਇੱਕ ਦੋ ਸਰੀਰ ਉਹਨਾਂ ਦੇ ਨਾਲ ਤਿੱਤਲੀ
ਫੁੱਲ ਤੇ ਬੈਠੇ ਅੱਧੇ ਮਿੰਟ ਮਿੰਟ ਬਾਅਦ ਉੱਡ ਜੇ ਭਾਈ ਸਾਹਿਬ ਵੇਖੀ ਜਾਣ ਫੁੱਲ ਲਾਲ ਖਿੜਿਆ ਤਿੱਕਲੀ ਬਹਿੰਦੀ ਹੈ ਉਹਨਾਂ ਜਦੋਂ ਫਤਿਹ ਬੁਲਾਈ ਜਿਹੜੇ ਜਸਵੰਤ ਸਿੰਘ ਨੇਕੀ ਦੇ ਨਾਲ ਉਹਨਾਂ ਨੂੰ ਭਾਈ ਵੀਰ ਸਿੰਘ ਪੁੱਛਦੇ ਆ ਕੀ ਹੈ ਉਹ ਕਹਿੰਦਾ ਜੀ ਤਿੱਤਲੀ ਹੈ ਫੁੱਲ ਤੇ ਬਹਿੰਦੀ ਹੈ ਤੇ ਉੱਡ ਜਾਂਦੀ ਹੈ ਭਾਈ ਸਾਹਿਬ ਨੇ ਅੱਜ ਮੱਥੇ ਨੂੰ ਹੱਥ ਮਾਰਿਆ ਕਹਿੰਦੇ ਮੈਂ ਆ ਫੜੀ ਪੁੱਛਣ ਡਿਆ ਗੁੱਸਾ ਫਿਰ ਉਹਨਾਂ ਨੂੰ ਕਿਹਾ ਨੇਕੀ ਕਹਿ ਕੇ ਜਸਵੰਤ ਸਿੰਘ ਨੇਕੀ ਤੂੰ ਦੱਸ ਕੀ ਕਹਿੰਦੇ ਜੀ ਕੁਦਰਤ ਕੁਦਰਤ ਦਾ ਮੂੰਹ ਚੁੰਮਦੀ ਏ ਤੇ ਚਲੀ ਜਾਂਦੀ ਕੁਦਰਤ ਕੁਦਰਤ ਦਾ ਮੁੱਖ ਚੁੰਮਦੀ ਏ ਤੇ ਚਲੀ ਜਾਂਦੀ ਤੇ ਭਾਈ ਵੀਰ ਸਿੰਘ ਨੇ ਦੋਵੇਂ ਹੱਥ ਮੱਥੇ ਨੂੰ ਮਾਰੇ ਕਹਿੰਦੇ ਤੂੰ ਵੀ ਆ ਕੀ ਕਹਿਤਾ ਉਹ ਕਹਿਣ ਲੱਗੇ ਹੁਣ ਭਾਈ ਸਾਹਿਬ ਤੁਸੀਂ ਦੱਸੋ ਆ ਕੀ ਹੈ ਤਿੱਤਲੀ ਆਉਂਦੀ ਏ ਫੁੱਲ ਤੇ ਬੈਠ ਉਹ ਫਿਰ ਉਹਨਾਂ ਸਮਾਂ ਲਿਖਿਆ ਕਿਤਾਬਾਂ 'ਚ ਕਹਿੰਦੇ ਭਾਈ ਵੀਰ ਸਿੰਘ ਅਗੰਮੀ ਖੇੜੇ ਸੀ ਅਗੰਮੀ ਖੇੜੇ 'ਚ ਉਹ ਜਦੋਂ ਕਹਿਣ ਲੱਗੇ ਤੁਸੀਂ ਦੱਸੋ ਅਸੀਂ ਆ ਗਿਆ ਤਿੱਤਲੀ ਵਹਿੰਦੀ ਫੁੱਲ ਤੇ ਉੱਡ ਜਾਂਦੀ ਨੇਕੀ ਜੀ ਨੇ ਦੱਸਿਆ ਜੀ ਕੁਦਰਤ ਕੁਦਰਤ ਦਾ ਮੁੱਖ ਚੁੰਮਦੀ ਤੇ ਉੱਡ ਜਾਂਦੀ ਭਾਈ ਵੀਰ ਸਿੰਘ ਕਹਿੰਦੇ ਉਹ ਨਹੀਂ ਖੇੜੇ ਸੀ ਅਗੰਮੀ ਮੂੜ ਹੀ ਸੀ ਕੀ ਕਹਿਣ ਲੱਗੇ ਆਉਂ ਤਾੜੀ ਮਾਰ ਕੇ ਕਹਿੰਦੇ ਉਹ ਨੇਕੀ ਆਪੇ ਰਸੀਆ ਆਪ ਰਸ ਆਪੇ ਰਸੀਆ ਆਪ ਰਸ ਆਪੇ ਰਸੀਆ ਆਪ ਰਸ ਆਪੇ ਰਸੀਆ ਆਪ ਰਸ ਆਪੇ ਰਾਵਣ ਬਾਣੀ ਚੋਂ ਉਹ ਕੁਦਰਤ ਨੂੰ ਕੁਦਰਤ ਵਿੱਚੋਂ ਬਾਣੀ ਨੂੰ ਵੇਖਿਆ ਕਹਿੰਦੇ ਫੁੱਲਾਂ 'ਚ ਰਸ ਵੀ ਪਾਉਣ ਵਾਲਾ ਤੂੰ ਉਹਨੂੰ ਬਣ ਕੇ ਤਿੱਤਲੀ ਰਸ ਚੁਗਣ ਵਾਲਾ ਵੀ ਤੂੰ ਆਪੇ ਰਸੀਆ ਆਪ ਰਸ ਆਪੇ ਰਾਵਣ ਗੱਲ ਸਮਝਿਓ ਗੁਰੂ ਵਾਲੀ ਵਾਲੇ ਮਹਾਂਪੁਰਸ਼ ਸੰਤ ਗੁਰ ਕਿਰਪਾਲ ਸਿੰਘ ਜੀ ਅੰਦਰ ਬੈਠੇ ਹੈ ਨਾਲ 8-10 ਪ੍ਰੇਮੀ ਬੈਠੇ ਹੈ ਬਾਹਰ ਸੰਤਰਿਆਂ ਦੀ ਰੇਹੜੀ ਕੋਈ ਆਵਾਜ਼ ਦੇਣ ਦਾ ਪਿਆ ਸੰਤਰੇ ਸੰਤਰੇ ਤੇ ਸੰਤ ਗੁਰ ਕਿਰਪਾਲ ਸਿੰਘ ਗੁਰਵਾਲੀ ਵਾਲੇ ਕਹਿੰਦੇ ਵੀ ਹਾਂ ਕੀ ਕਹਿ ਰਿਹਾ ਜੇ ਸੰਤਰੇ ਵਿੱਚ ਨਹੀਂ ਨਹੀਂ ਧਿਆਨ ਨਾਲ ਸੁਣੋ ਕੀ ਕਹਿ ਰਿਹਾ ਕਹਿੰਦੇ ਉਹ ਸੰਗਤਰੇ ਵਿੱਚ ਹੰਡਿਆ ਕਹਿੰਦੇ ਨਹੀਂ ਸੰਗ ਤਰੇ ਸੰਗ ਤਰੇ ਸੰਗ ਤਰੇ ਜਿਹਨੂੰ ਸੰਗ ਹੋ ਗਿਆ ਚੰਗਾ ਉਹ ਤਰ ਗਿਆ ਗੱਜ ਕੇ ਆਖੋ ਸਤਨਾਮ ਜਿਹਨੂੰ ਸੰਗ ਹੋ ਗਿਆ ਤਰ ਗਿਆ ਅਗੰਮੀ ਰੂਹ ਹਰ ਬਾਤ ਵਿੱਚੋਂ ਅਗੰਮ ਦੇ ਦਰਸ਼ਨ ਕਰਦੀ ਗੱਜ ਕੇ ਕਹਿ ਦਿਓ ਸਤਨਾਮ ਉਹਦੇ ਦਿਦਾਰੇ ਕਰਦੀ ਕਨੈਕਸ਼ਨ ਜੁੜਿਆ ਇਹ ਖੁਦ ਮੈਂ ਹਜ਼ਾਰਾਂ ਪ੍ਰੇਮੀਆਂ ਕੋਲ ਸੁਣਿਆ ਬਾਬਾ ਨੰਦ ਸਿੰਘ ਦੀ ਅੱਖ 'ਚ ਅੱਖ ਪਾ ਕੇ ਸਾਧ ਸੰਗਤ ਕੋਈ ਵੇਖ ਨਹੀਂ ਸੀ ਗੱਜ ਕੇ ਕਹਿ ਦਿਓ ਔਖਾ ਸੀ ਇੱਕ ਦੋ ਸਕਿੰਟ ਵੀ ਅੱਖ ਨਾਲ ਅੱਖ ਮਿਲਣੀ ਬਾਬਾ ਨੰਦ ਸਿੰਘ ਦੇ ਔਖੀ ਸੀ ਕਿਉਂ ਉਹ ਅੱਖਾਂ ਦਾ ਨੂਰ ਕਿਸੇ ਅਗੰਮੀ ਨਾਲ ਕਨੈਕਸ਼ਨ ਜੁੜਿਆ ਹੁੰਦਾ ਸੀ ਉਹ ਅਗੰਮੀ ਦਾ ਰਸ ਆ ਰਿਹਾ ਉਹ ਅੱਖਾਂ ਨਾਲ ਵੇਖਣਾ ਵੀ ਔਖਾ ਇਹ ਗੱਲਾਂ ਸਮਝਿਓ ਫਿਰ ਵਿੱਚ ਵਿੱਚ ਮੰਗਿਓ ਮੇਰੀ ਵਾਰੀ ਕਦੋਂ ਆਏ ਮਹਾਰਾਜ ਮੇਰੀ ਵਾਰੀ ਕਦੋਂ ਆਏ ਹੁਣ ਫਿਰ ਰੱਸ ਲਓ ਸੱਤ ਚੀਜ਼ਾਂ ਲਿਖੀਆਂ ਬਾਬਾ ਭਾਈ ਸ਼ਾਲੋ ਜੀ ਦੇ ਬਚਪਨ ਦੀ ਚਿਹਰੇ ਤੇ ਨੂਰ ਅਗੰਮੀ ਖੇੜਾ ਦੱਸਿਆ ਨਾ ਭਾਈ ਵੀਰ ਸਿੰਘ ਅੱਜ ਤਾੜੀ ਮਾਰੀ ਜਾਣ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਕਿੰਨੀ 5-7 ਮਿੰਟ ਬੋਲੀ ਗਏ ਕਨੈਕਸ਼ਨ ਸੀ ਅਗੰਮੀ ਨਾ ਬਾਬਾ ਭਾਈ ਸ਼ਾਲੋ ਜੀ ਦੇ ਬਚਪਨ ਦਾ ਇਤਿਹਾਸਕਾਰਾਂ ਨੇ ਲਿਖਿਆ ਅਗੰਮੀ ਖੇੜਾ ਤੀਜਾ ਲਿਖਿਆ ਤੇਜ ਪ੍ਰਤਾਪ ਬਹੁਤ ਧਿਆਨ ਨਾਲ ਸੁਣਿਓ ਗੱਲਾਂ
ਆ ਜਿਹੜਾ ਮੱਥਾ ਹੈ ਨਾ ਇਹਦੇ ਸੈਂਟਰ ਦੇ ਵਿੱਚੋਂ ਹੈ ਕਿਰਪਾ ਆਖੋ ਸਤਿਗੁਰ ਉਹ ਤੇਜ ਵਰਤਾ ਚੌਥਾ ਲਿਖਿਆ ਇਤਿਹਾਸਕਾਰਾਂ ਨੇ ਕਿ ਸਾਈ ਲੋਕ ਰੱਜ ਕੇ ਆਖੋ ਸਤਿਗੁਰ ਇਹ ਚੀਜ਼ਾਂ ਜੁੜ ਜੁੜ ਕੇ ਸੁਣੋ ਜੁੜ ਜੁੜ ਕੇ ਉਹ ਮੇਰਾ ਗੰਮੀ ਮੇਰਾ ਨੂਰ ਸਾਈ ਲੋਕ ਹੀ ਹੈ ਸਿਆਣਪ ਹੈ ਹੀ ਨਹੀਂ ਗੱਜ ਕੇ ਆਖੋ ਸਤਿਗੁਰ ਸਾਈ ਲੋਕ ਹੀ ਹੈ ਮੈਂ ਕਹਿੰਦਾ ਜਿੱਦਣ ਸਾਈ ਲੋਕ ਦੀ ਪੌੜੀ ਤੇ ਆਪ ਜੀ ਪਹੁੰਚੋਗੇ ਨਾ ਉਦੋਂ ਕਦੀ ਕਿਸੇ ਦੇ ਮੁੱਖ ਚੋਂ ਰੋਟੀ ਖਿੱਚ ਕੇ ਖੁਸ਼ ਨਹੀਂ ਹੋਵੋਗੇ ਪਾ ਕੇ ਖੁਸ਼ ਇਹ ਸਾਈ ਲੋਕਾਂ ਦਾ ਸਾਈ ਲੋਕ ਕੀ ਹੈ ਜਿੱਦਣ ਉਹ ਪੌੜੀ ਤੇ ਪਹੁੰਚੋਗੇ ਨਾ ਸੰਗਤ ਜੀ ਕਿਸੇ ਦਾ ਘਰ ਭਰ ਕੇ ਖੁਸ਼ੀ ਹੋਏਗੀ ਆਪਣਾ ਭਰ ਕੇ ਬੰਦਾ ਕਹਿੰਦਾ ਵੰਡਾਂ ਜੋ ਆਵੇ ਵੰਡ ਦਿਓ ਬਸ ਸਾਈ ਲੋਕ ਪਕੜਾਂ ਰਹੀਆਂ ਹੀ ਨਹੀਂ ਉਹ ਗੱਲ ਹੈ ਕਿ ਬਾਬੇ ਨਾਨਕ ਮਰਦਾਨਾ ਜੀ ਉੱਠੇ ਹੋਏਗਾ ਦੋ ਢਾਈ ਦਾ ਸਮਾਂ ਰਾਤ ਦਾ ਮਰਦਾਨਾ ਕਹਿੰਦੇ ਜੀ ਅੱਗ ਬਲਦੀ ਪਈ ਹੈ ਕੌਣ ਲੱਕੜਾਂ ਦੀ ਸੇਵਾ ਕਰ ਗਿਆ ਗੁਰੂ ਸਾਹਿਬ ਕਹਿੰਦੇ ਇੱਕ ਪ੍ਰੇਮੀ ਆਇਆ ਸੀ ਮਰਦਾਨੇ ਉਹ ਕਹਿੰਦਾ ਤੁਹਾਨੂੰ ਠੰਡ ਲੱਗ ਰਹੀ ਹੈ ਮੈਂ ਲੱਕੜਾਂ ਬਾਲਦੇ ਹਾਂ ਫਿਰ ਸਤਿਗੁਰੂ ਤੁਸੀਂ ਕੀ ਕਿਹਾ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹਨੂੰ ਇਹੀ ਕਿਹਾ ਵੀ ਤੂੰ ਇਹ ਵੇਚੇਗਾ ਤੇ ਰੋਟੀ ਕਮਾਉਣੀ ਹੈ ਲੱਕੜਾਂ ਵੇਚੇਗਾ ਤੇ ਰੋਟੀ ਜੇ ਤੂੰ ਲੱਕੜਾਂ ਇੱਥੇ ਬਾਲਦੀ ਹੈ ਤੇ ਰੋਟੀ ਕਿਵੇਂ ਖਾਏਗਾ ਮਰਦਾਨਾ ਜੀ ਕਹਿੰਦੇ ਬਾਬਾ ਜੀ ਫਿਰ ਉਹਨੇ ਕੀ ਕਿਹਾ ਗੁਰੂ ਨਾਨਕ ਸਾਹਿਬ ਕਹਿੰਦੇ ਉਹਨੇ ਗੱਲ ਬੜੀ ਉੱਚੀ ਕਹੀ ਮਰਦਾਨਾ ਜੀ ਕਹਿੰਦੇ ਬਾਬਾ ਜੀ ਕੀ ਕਿਹਾ ਉਹਨੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਉਹ ਕਹਿੰਦਾ ਕੱਲ੍ਹ ਦੀ ਰੋਟੀ ਘਰ ਹੈਗੀ ਆਪੋ ਸਾਰ ਕੱਲ੍ਹ ਦਾ ਰਾਸ਼ਨ ਹੈਗਾ ਆ ਕਿਹੜਾ ਦੇਸ਼ ਹੈ ਸਾਈ ਲੋਕ ਬਾਬਾ ਜੀ ਕੱਲ੍ਹ ਦਾ ਰਾਸ਼ਨ ਹੈਗਾ ਇਸ ਕਰਕੇ ਮੈਨੂੰ ਇਹ ਸੇਵਾ ਕਰ ਲੈਣ ਦਿਓ ਲੱਕੜਾਂ ਦੀ ਕੱਲ ਦਾ ਰਾਸ਼ਨ ਮੇਰੇ ਕੋਲ ਹੈਗਾ ਇਹ ਕਿਹੜਾ ਦੇਸ਼ ਹੈ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰ ਰਿਜਕ ਆ ਕੇ ਇਹ ਕਿਹੜਾ ਦੇਸ਼ ਹੈ ਇੱਥੇ ਕਰੋੜ ਕਰੋੜ ਦੀ ਜਾਇਦਾਦ ਹੁੰਦੀ ਤੇ ਤਾਂ ਵੀ ਜੀ ਇਹ ਬੰਦਾ ਡਿਪਰੈਸ਼ਨ ਚ ਹੋ ਗਿਆ ਜੀ ਇਹਦੇ ਭਰਾ ਨੇ ਹਿੱਸੇ ਚ 10% ਘੱਟ ਦਿੱਤਾ ਆਖੋ ਸਾਧਨਾ ਉਹਨੇ ਜੀ ਪਿਤਾ ਕੋਲ ਸੈਨ ਕਰਾ ਲਏ ਸੀ ਜੀ ਆਹ ਕਰ ਲਿਆ ਜੀ ਤਾਂ ਡਿਪਰੈਸ਼ਨ ਚ ਹੋ ਗਏ ਆਹ ਕਿਹੜਾ ਦੇਸ਼ ਹੈ ਸਾਈ ਲੋਕ ਕਿ ਜਿੱਥੇ ਇੱਕ ਦਿਨ ਦਾ ਰਾਸ਼ਨ ਹੈਗਾ ਪਰ ਉਹ ਕਹਿੰਦਾ ਮੈਨੂੰ ਇਹ ਲੱਕੜ ਗੁਰੂ ਨਾਨਕ ਬਾਲ ਲੈਣ ਦਿਓ ਸੇਵਾ ਕਰ ਲੈਣ ਦਿਓ ਕੱਲ ਦਾ ਰਾਸ਼ਨ ਹੈਗਾ ਪਰਸੋਂ ਵੀ ਵੇਖੀ ਜਾਊ ਆਖੋ ਸਤਨਾਮ ਮੈਂ ਕਰ ਲੂ ਮੈਨੂੰ ਕਰ ਲਾ ਆ ਕਿਹੜਾ ਦੇ ਜਿੱਥੇ ਅਸੀਂ ਪਹੁੰਚਣਾ ਜਾਣਾ ਆ ਸਾਈ ਲੋਕ ਸਾਈ ਲੋਕ ਹੀ ਹੈ ਪਕੜ ਹੈ ਹੀ ਭਾਵੇਂ ਗੱਲ ਅੱਗੇ ਜਾਂਦੀ ਹੈ ਮਰਦਾਨੇ ਨੇ ਕਿਹਾ ਜੀ ਤੁਸੀਂ ਮੈਨੂੰ ਕਿਉਂ ਨਹੀਂ ਉਠਾ ਕੇ ਉਹਦੇ ਦਰਸ਼ਨ ਕਰਾਏ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਖਿਆ ਚੱਲ ਤੂੰ ਥੋੜਾ ਆਰਾਮ ਕਰ ਗੁਰੂ ਨਾਨਕ ਸਾਹਿਬ ਜਿਹੜਾ ਐਡਾ ਪਿਆਰ ਵਾਲਾ ਸਿੱਖ ਹੈ ਜਿਹਦੇ ਕੋਲ ਇੱਕ ਦਿਨ ਦਾ ਰਾਸ਼ਨ ਹੈ ਤੇ ਤਾਂ ਵੀ ਲੱਕੜ ਬਾਲ ਗਿਆ ਤੁਸੀਂ ਉਹਨੂੰ ਕੁਝ ਦਿੱਤਾ ਜ਼ਰੂਰ ਹੋਣਾ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਮੈਂ ਦਿੱਤਾ ਤੇ ਹੈ ਫਿਰ ਦੱਸੋ ਕੀ ਦਿੱਤਾ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਨਾਮ ਦੇ ਦਿੱਤਾ ਹੁਣ ਜਿੰਨੀ ਜ਼ਿੰਦਗੀ ਰਹਿੰਦੀ ਏ ਉਹ ਸਾਡੇ ਕੋਲੋਂ ਆ ਲੈ ਗਿਆ ਜਿੰਨੀ ਜ਼ਿੰਦਗੀ ਰਹਿੰਦੀ ਏ ਨਾਮ ਜਪੇਗਾ ਤੇ ਅਗਲੇ ਜਨਮ ਵਿੱਚ ਮਹਾਂਪੁਰਸ਼ ਬਣ ਕੇ ਆਏਗਾ ਤੇ ਲੱਖਾਂ ਦਾ ਉਧਾਰ ਕਰੇ ਆਏ ਗੁਰੂ ਨਾਨਕ ਸਾਹਿਬ
जिथे साई लोग ना एक गुण आ जावे गुरु नानक चाबिया दे दे लोड़ है ए, मुख चीज अपना मकसद ये नहीं भी बाबा भाई शालो जी तरीके बिचों लो आ है साई लोग इनू कहते हैं मुख च पा के साई लोग किसी का घर भर के साई लोग हर वेले स्कीम बनाते मेरे को भला कैसे करा आखो साई लोग सवार के साई लोग पकड़ है ही नहीं गज के आखो सतना आ है साई लोग ए चौथा गुण लिखे राइटर ने बचपन च फिर सुन लो चेहरे ते नूर गमी खेड़ा गम नाल करंट जुड़िया पे तीजा तेज प्रताप आ सेंटर चो मत्थे चो आउंदा नजर चौथा साई लोग पंजवां राइटर ने लिखा बाबा भाई शालो जी बचपन विच ही भगती का रस मिले रस एक है खुशक भगती एक है रस वाली भगती रस वाली छेवां लिखे है के बाबा भाई शालो जी किन्ने किन्ने घंटे बिना छके तो बचपन विच ही समाधि च बैठे पहला चेहरे ते नूर दूजा गम्मी खेड़ा तीजा तेज प्रताप चौथा साई लोग पंजवां भगती दा रस छेवां किन्ना चिर छके बिना समाधि ते सतवां लिखिया अपने हाणिया नूं आ सुणियो अपने हाणिया नूं भी समाधि विच बैण भी बाबा भाई शालो जी ने जाच दसनी गज के आखो साथ ये प्रकरण भी दो हफ्तों च पूरा गुरु साहब पूरा तो असी नहीं चलो जिन्ने एक अंश ते तुसी पांच क मिंट जरूर सहयोग दियो भी एक अद्धा अंश होर है बहुत ने अजे बाकी चलो अगले वीरवार एक बारी एक पंक्ति मेरे अगे आ रही बार बार जिसनू लाए लाए सो लागे भगत तुहारा सोई जिसनू लाए लाए सो लागे भगत तुहारा सोई जिसनू लाए लाए जिसनू जिसनू लाए लाए सो लागे भगत तुहारा सोई जिसनू लाए लाए सो लागे भगत तुहारा सोई जिसनू आहा अंतर की गत खुद पैस खुद जे वड़िया वरन कोई जिसनू लाए लाए सो लागे जिनू लावे वही लग सकता आ साई लोग आ भगती दा रास आ बिना छके नहीं समझी आ तेज प्रताप आ चेहरे ते नूर गमी खेड़ा सत चीजा सुनिए सत्ते ही कोई दुनियावी नहीं अध्यात्मक नहीं फिर कहिए जिसनू लाए लाए सो लागे भगत तुहारा सोई जिसनू लाए लाए सो लागे भगत तुहारा बोलो भैणो ए फरीदकोट ढोला कांगड़ जेड़े बाबा भाई शालो जी दे माता पिता ए सखी सरवर दे पुजारी पहले ते खेती बाड़ी कर
ਇੱਕ ਦੋ ਅੰਸ਼ ਸੁਣਿਓ ਪਿਆ। ਪਿਤਾ ਜੀ ਚੱਲੇ ਕੰਮ, ਉਸ ਵੇਲੇ ਇਤਿਹਾਸਕਾਰਾਂ ਨੇ ਲਿਖਿਆ ਖੇਤਾਂ ਚ ਬਾਜਰਾ ਉੱਗਿਆ ਸੀ। ਆਖੋ ਸਾਰਾ ਕਣਕ ਵੀ ਉੱਗਦੀ ਹੋਊ, ਬਾਜਰਾ ਵੀ, ਝੋਨਾ ਵੀ, ਫਲ ਸਬਜ਼ੀਆਂ ਵੀ, ਹੋਰ ਵੀ, ਉਸ ਵੇਲੇ ਬਾਜਰਾ। ਤੇ ਪਿਤਾ ਜੀ ਨੇ ਆਖਿਆ ਕਾਕਾ ਮੈਂ ਜਾਣਾ, ਤੂੰ ਰਾਖੀ ਕਰਨੀ ਆ ਵੀ ਬਿਲਕੁਲ ਫਸਲ ਪੱਕੀ ਹੈ, ਤਿਆਰੀ ਹੈ, ਤੇ ਪੰਛੀਆਂ ਤੋਂ ਰਾਖੀ। ਗੱਲ ਸੁਣਨ ਵਾਲੀ, ਬਾਬਾ ਭਾਈ ਸ਼ਾਲੋ ਜੀ ਕਹਿੰਦੇ ਸੱਤ ਵਚਨ। ਹੁਣ ਹੈ ਗੰਮੀ ਰੂਹ ਸੀ, ਗੰਮੀ ਖੇੜਾ ਸੀ, ਹੈ ਸਾਈ ਲੋਕ ਸੀ। ਪਿਤਾ ਜੀ ਚਲੇ ਗਏ, ਛੋਟਾ ਹੱਥ ਚ ਹੈ, ਉਮਰ ਅਜੇ ਛੋਟੀ ਹੈ, ਸੱਤ ਅੱਠ ਦਸ, ਇੱਕ ਦੋ ਵਾਰੀ ਚਿੜੀਆਂ ਢਾਈਆਂ ਬਾਜਰਾ ਖਾਣਾ, ਫਿਰ ਹਿੰਮਤ ਨਾ ਪਵੇ। ਕਹਿੰਦਾ ਮੈਂ ਕੀ ਕਰਾਂ ਵੀ, ਇਹਨਾਂ ਨੂੰ ਭੁੱਖ ਲੱਗੀ ਹੈ, ਮੈਂ ਉਡਾਵਾਂ ਇਹਨਾਂ ਨੂੰ ਹੱਕ ਸੱਤ। ਕਹਿੰਦੇ ਇਹਨਾਂ ਨੂੰ ਭੁੱਖ ਲੱਗੀ ਹੈ, ਪਿਤਾ ਜੀ ਕਹਿੰਦੇ ਰਾਖੀ ਕਰਨੀ ਫਸਲ ਦੀ, ਆ ਜੇ ਸਾਈ ਲੋਕ, ਮੈਂ ਉਹਨੂੰ ਕੀ ਕਰਾਂ। ਮੈਨੂੰ ਬੜੀ ਗੱਲ ਵਧੀਆ ਲੱਗੀ, ਬਾਬਾ ਭਾਈ ਸ਼ਾਲੋ ਜੀ ਨੇ ਬਾਲ ਅਵਸਥਾ ਜੀ ਵੇਖੋ ਕਿੱਥੇ ਪਹੁੰਚੇ ਸੀ, ਚਾਰੇ ਨੁੱਕਰਾਂ ਵਿੱਚ ਨਾ ਆਪਣੇ ਖੇਤ ਦੀਆਂ ਚਾਰੇ ਨੁੱਕਰਾਂ ਵਿੱਚ ਵੱਡੇ ਵੱਡੇ ਨਾ ਚਾਰ ਮਿੱਟੀ ਦੇ ਕੁੱਜੇ ਰੱਖਦੇ, ਉਹਦੇ ਚ ਪਾਤਾ ਬਾਜਰਾ, ਇੰਜ ਹੱਥ ਜੋੜ ਕੇ ਪਤਾ ਕੀ ਕਹਿੰਦੇ, ਕਹਿੰਦੇ ਚਿੜੀਓ ਤੁਹਾਡਾ ਵੀ ਕੰਮ ਚੱਲੀ ਜਾਵੇ ਤੇ ਪਿਓ ਦਾ ਹੁਕਮ ਵੀ ਚੱਲੀ ਜਾਵੇ, ਚਿੜੀਓ ਪਿਓ ਦਾ ਹੁਕਮ ਵੀ ਚੱਲੀ ਜਾਵੇ ਤੇ ਤੁਹਾਡਾ ਕੰਮ ਵੀ ਚੱਲੀ ਜਾਵੇ, ਮੇਰੇ ਚ ਹਿੰਮਤ ਨਹੀਂ ਵੀ ਤੁਸੀਂ ਆਓ ਬਾਜਰਾ ਖਾਣ ਤੇ ਮੈਂ ਤੁਹਾਨੂੰ ਡਾਵਾਂ ਘੜੀ ਮੁੜੀ, ਤੁਹਾਨੂੰ ਮੇਰੇ ਚ ਹਿੰਮਤ ਨਹੀਂ। ਹੁਣ ਇਹਦੇ ਤੇ ਦਿਲ ਕਰਦਾ ਸੀ ਡਾਵਾਂ ਦਸ ਮਿੰਟ, ਗੁਰੂ ਲਵਾਵੇ ਅੱਠ ਮਿੰਟ। ਇਹ ਨਰਮ ਹਿਰਦਿਆਂ ਦੀ ਬਾਤ, ਇਹ ਨਰਮ ਹਿਰਦਿਆਂ ਦੀ, ਇਹਦਾ ਕੀ ਸਵਾਦ ਦੱਸ। ਇੱਕ ਵਾਰੀ ਮੈਂ ਛੋਟਾ ਹੁੰਦਾ ਸਾਂ ਤੇ ਬੜਾ ਕੋਈ VIP ਬੰਦਾ ਸੀ ਅੰਦਰ, ਤੇ ਉਹਨਾਂ ਮੇਰੀ ਗੇਟ ਤੇ ਡਿਊਟੀ ਲਾ ਦਿੱਤੀ, ਫਲਾਣੇ ਫਲਾਣੇ ਲੰਘਾਉਣਾ, ਬਾਕੀਆਂ ਨੂੰ ਨਹੀਂ ਲੰਘਣ ਦੇਣਾ। ਮੇਰੇ ਕੋਲ ਵੀ ਨਹੀਂ ਹੋਈ ਡਿਊਟੀ, ਦੋ ਚਾਰ ਮਿੰਟ ਖਲੋਤੇ, ਪਰ ਜਦੋਂ ਉਹਨੂੰ ਰੋਕਣਾ ਵੀ ਤੂੰ ਨਹੀਂ ਜਾਣਾ ਤੇ ਤੂੰ ਜਾਣਾ, ਇਹ ਕੰਮ ਬੜਾ ਔਖਾ ਹੈ, ਬਹੁਤ ਔਖਾ ਹੈ। ਇਹਦੀਆਂ ਹੋਰ ਬਹੁਤ ਡਿਟੇਲਾਂ ਨੇ, ਮਿਸਾਲਾਂ ਨੇ, ਗੱਲ ਨੂੰ ਸਿਰਫ ਪਕੜਿਓ ਕਿ ਐਡਾ ਹਿਰਦਾ ਸਾਈ ਲੋਕ ਹੋ ਗਿਆ, ਐਡਾ ਹਿਰਦਾ ਨਰਮ ਹੋ ਗਿਆ। ਮੈਂ ਹੁਣ ਕੀ ਦੱਸਾਂ ਤੁਹਾਨੂੰ, ਇੱਕ ਟਾਈਮ ਤੁਹਾਡੀ ਲਾਈਫ 'ਚ ਇਹੋ ਜਿਹਾ ਹੋਏਗਾ, ਜਾਂ ਹੁਣ ਵੀ ਸ਼ਾਇਦ ਹੋਵੇ, ਜਾਂ ਲੰਘ ਗਿਆ ਹੋਵੇ, ਸ਼ਾਇਦ ਟੱਪ ਗਏ ਹੋਵੇ, ਇੱਕ ਟਾਈਮ ਇਹੋ ਜਿਹਾ ਹੋਏਗਾ ਦੂਜਿਆਂ ਦੀਆਂ ਗਲਤੀਆਂ ਲੱਭਦੇ ਹੋ, ਪਰ ਮੈਂ ਕਹਿੰਦਾ ਇੱਕ ਟਾਈਮ ਜ਼ਿੰਦਗੀ 'ਚ ਤੁਹਾਡੇ ਇਹੋ ਜਿਹਾ ਆ ਜਾਏਗਾ ਕਿ ਤੁਹਾਡਾ ਦਿਲ ਕਰੇਗਾ ਕਿ ਸਭ ਦੇ ਚਰਨਾਂ ਦੀ ਧੂੜ ਬਣ ਜਾਏ, ਤੁਹਾਡਾ ਇੰਜ ਦਿਲ ਕਰੇਗਾ ਹੋ ਸਭਨ ਕੀ ਰੇਣਕਾ ਗੱਜ ਗਿਆ ਤੋ ਆਓ ਹਮਾਰੇ ਪਾਸ। ਅੱਲਾ ਮਰਨ ਕਬੂਲ ਆ ਮਾਰ ਹੈ ਮੋਮੇ ਨੂੰ, ਜੀਵਨ ਕੀ ਛਾਡਾ ਹੋ ਸਭਨ ਕੀ ਰੇਣ ਤੋ ਆਓ ਹਮਾਰੇ ਪਾਸ। ਹੋ 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 ਕੈਸਾ ਰਸ ਹੈ,